ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਗਾ ਕਵਰੇਜ ਚੱਲ ਰਹੀ ਹੈਗੀ ਲੋਕ ਸਭਾ ਇਲੈਕਸ਼ਨ 2019 ਦੀ, ਹੋਰ ਗੱਲ ਚੱਲ ਰਹੀ ਹੈ ਕਿ ਕੌਣ ਕਰੇਗਾ ਸੰਸਦ ਤੱਕ ਦਾ ਸਫ਼ਰ। VIP ਸੀਟਾਂ ਦੇ ਬਾਰੇ ਗੱਲ ਕਰਾਂਗੇ, VIP ਟੌਪ ਲੀਡਰਸ ਬਾਰੇ ਗੱਲ ਕਰਾਂਗੇ ਕਿ ਰਾਹੁਲ ਗਾਂਧੀ ਦਾ ਤਾਂ ਸਪਨਾ ਰਹਿ ਗਿਆ ਇਸ ਲਾਲ ਕਿਲੇ ਦੇ ਉੱਪਰ ਭਾਰਤ ਦਾ ਜਿਹੜਾ ਝੰਡਾ ਫਹਿਰਾਉਣ ਦਾ, ਪਰ ਆਪਣੀ ਜਿਹੜੀ ਹੈਗੀ ਹੈ ਉਹਨਾਂ ਨੇ MP ਦੀ ਜਿਹੜੀ ਦਾਅਵੇਦਾਰੀ ਹੈਗੀ ਲੋਕ ਸਭਾ ਤੱਕ ਪਹੁੰਚਣ ਦੀ, ਉਹ ਜ਼ਰੂਰ ਪੱਕੀ ਕਰ ਲਈ ਹੈਗੀ ਹੈ। ਅਮੇਠੀ ਸਾਹਮਣਾ ਕਰਨਾ ਪਿਆ, ਪਰ ਅਮੇਠੀ ਤੋਂ ਤਾਂ ਜਿੱਥੇ ਉਹਨਾਂ ਨੇ ਹਾਰ ਦਾ ਸਾਹਮਣਾ ਕੀਤਾ, ਪਰ ਜੋ ਕਿ ਉਹਨਾਂ ਨੇ ਕੇਰਲਾ ਤੋਂ ਜਿਹੜੀ ਇੱਕ ਸੀਟ ਸੀਗੀ ਵਾਯਾਨਾਥ ਦੀ, ਉੱਧਰੋਂ ਉਹਨਾਂ ਨੇ ਜਿੱਤ ਦਰਜ ਕਰਾਈ ਔਰ ਬਹੁਤ ਵੱਡੀ ਰਿਕਾਰਡ ਜਿਹੜੀ ਹੈਗੀ ਉਹ ਜਿੱਤ ਜਿਹੜੀ ਹੈਗੀ ਹੈ ਦਰਜ ਕਰਾਈ ਹੈ। ਫਿਰ ਆਪਣੀ ਟੀਮ ਨਾਲ ਮਿਲਾਉਂਦਾ ਹੈਗਾ ਵੀਰ ਗੁਰਵਿੰਦਰ ਸਿੰਘ ਰੰਧਾਵਾ ਅਤੇ ਜਸਪ੍ਰੀਤ ਸਿੰਘ ਅਤੇ ਕੈਮਰੇ 'ਤੇ ਜਜਵਿੰਦਰ ਸਿੰਘ, ਲਗਾਤਾਰ ਸਵੇਰ ਤੋਂ ਹੀ 14-15 ਘੰਟਿਆਂ ਤੋਂ ਤੁਹਾਨੂੰ ਅਪਡੇਟ ਦੇ ਰਹੇ ਹੈਗੇ ਹਾਂ। VIP ਕੈਂਡੀਡੇਟਸ ਬਾਰੇ ਗੱਲ ਕਰਾਂਗੇ, VIP ਸੀਟਾਂ ਬਾਰੇ ਗੱਲ ਕਰਾਂਗੇ। ਲਗਾਤਾਰ ਜਿਹੜੇ ਹੈਗੇ ਰੁਝਾਨ ਆ ਚੁੱਕੇ ਨੇ, ਤਕਰੀਬਨ ਪੋਜੀਸ਼ਨਸ ਜਿਹੜੀ ਹੈਗੀ ਹੈ ਕਲੀਅਰ ਹੈਗੀ ਹੈ, ਪਰ ਫਿਰ ਵੀ ਕੀ ਜੋ ਕਿ VIP ਜਿਹੜੇ ਹੈਗੇ ਉਹ ਕਿੱਥੇ ਕਿੱਥੇ ਜਿੱਤੇ ਨੇ, ਸਕਰੀਨ 'ਤੇ ਤੁਸੀਂ ਦੇਖ ਵੀ ਰਹੇ ਹੈਗੇ ਹੋ ਲਗਾਤਾਰ ਉਹ VIPs ਦੀ ਲਿਸਟ ਜਿਹੜੀ ਹੈਗੀ ਹੈ ਆਪ ਜੀ ਦੇ ਅੱਗੇ ਅਪਡੇਟ ਵੀ ਕੀਤੀ ਜਾ ਰਹੀ ਹੈਗੀ ਹੈ। ਔਰ ਇੱਕ ਕੰਮ ਜ਼ਰੂਰ ਹੈਗਾ ਅਸੀਂ ਕਰਨਾ, ਫੇਸਬੁੱਕ 'ਤੇ ਅਕਾਲ ਚੈਨਲ 'ਤੇ ਜਾ ਕੇ ਜੋ ਪ੍ਰੋਗਰਾਮ ਹੈ ਲਾਈਵ ਚੱਲ ਰਿਹਾ ਹੈਗਾ ਉਹਨੂੰ ਅਸੀਂ ਸ਼ੇਅਰ ਜ਼ਰੂਰ ਕਰਨਾ ਹੈਗਾ, ਤਾਂ ਕਿ ਜੋ ਸਾਰਾ ਡੇਟਾ ਜੋ ਮਿਹਨਤ ਐਨਾਲਿਸਿਸ ਨਾਲ ਕੀਤੀ ਜਾ ਰਹੀ ਹੈਗੀ ਹੈ ਉਹ ਆਪ ਸਾਰੇ ਲੋਕਾਂ ਤੱਕ, ਆਪ ਸਾਰੇ ਸੰਗਤਾਂ ਤੱਕ, ਦਰਸ਼ਕਾਂ ਤੱਕ ਵੱਧ ਤੋਂ ਵੱਧ ਜਿਹੜਾ ਹੈਗਾ ਉਹ ਪਹੁੰਚੇ। ਇਸ ਦੇ ਉੱਪਰ ਜੋ ਕੰਮ ਲਗਾਤਾਰ ਬਹੁਤ ਮਿਹਨਤ ਨਾਲ ਕੀਤਾ ਜਾ ਰਿਹਾ ਹੈਗਾ, ਔਰ ਅੱਗੇ ਅਸੀਂ ਲੈ ਕੇ ਚੱਲਦੇ ਹੈਗੇ ਹਾਂ ਕੀ ਐਨਾਲਿਸਿਸ ਹੈਗੇ ਆ, ਕਿਹੜੀ ਸੀਟ ਤੋਂ ਕੌਣ ਹੋਰ ਕਿਹੜਾ ਕੈਂਡੀਡੇਟ ਜਿਹੜਾ ਹੈਗਾ ਕਿੱਥੋਂ ਕੀ ਕੰਮ ਕਰ ਰਿਹਾ ਹੈਗਾ। ਕੁਛ VIP ਸੀਟਾਂ ਜਿਹੜੀ ਹੈਗੀ ਸ਼ਾਰਟ ਲਿਸਟਡ ਕੀਤੀਆਂ ਗਈਆਂ ਜਿਹਦੇ ਵਿੱਚ ਜੋ ਕਿ ਮੇਨ ਵੱਡੇ ਕਦਾਵਰ ਲੀਡਰ ਜਿਹੜੇ ਹੈਗੇ ਨੇ ਉਹ ਜੋ ਚੱਲਦੇ ਪਏ ਨੇ, ਹੋਰ ਜੋ ਕਦਾਵਰ ਲੀਡਰਾਂ ਨੇ ਜੋ ਆਪਣੇ ਜੋ ਹੈ ਜੋ ਪੈਂਟ ਜਿਹੜੀ ਹੈਗੀ ਬਣਾਈ ਹੋਈ ਸੀਗੀ। ਸ਼ੁਰੂਆਤ ਕਰਾਂਗੇ ਚੰਡੀਗੜ੍ਹ ਦੀ ਸਟੇਟ ਤੋਂ, ਕਿਉਂਕਿ ਪੰਜਾਬ ਦੀ ਰਾਜਧਾਨੀ ਵੀ ਹੈਗੀ ਆ, ਔਰ ਚੰਡੀਗੜ੍ਹ ਦੀ ਸਟੇਟ ਤੋਂ ਕਿਰਨ ਖੈਰ ਜਿਹੜੀ ਹੈਗੀ ਹੈ ਪਿਛਲੀ ਵਾਰ ਦੀ ਤਰ੍ਹਾਂ ਫਿਰ ਇਸ ਵਾਰ ਜਿਹੜਾ ਹੈਗਾ 46,970 ਵੋਟਾਂ ਦੇ ਮਾਰਜਨ ਤੋਂ ਜਿਹੜੇ ਹੈਗੇ ਆ ਅੱਗੇ ਚੱਲਦੇ ਹੋਏ ਕਿਰਨ ਖੈਰ ਨੇ ਜਿਹੜੀ ਹੈਗੀ ਆਪਣੀ ਜਿੱਤ ਜਿਹੜੀ ਹੈਗੀ ਆ ਉਹ ਦਰਜ ਕੀਤੀ ਹੈਗੀ ਹੈ। ਕਿਰਨ ਖੈਰ ਨੇ ਲਗਾਤਾਰ ਜਿਹੜੀ ਹੈਗੀ ਆਪਾਂ ਕਹਿ ਸਕਦੇ ਹਾਂ ਕਿ ਦੂਸਰੀ ਵਾਰੀ ਜਿਹੜੀ, ਪਹਿਲੇ ਵੀ ਉਹ ਇਸੇ ਸੀਟ ਤੋਂ ਜਿਹੜੇ ਉਹ MP ਰਹੇ ਸੀਗੇ, ਹੋਰ ਦੂਸਰੀ ਵਾਰੀ ਉਹਨਾਂ ਨੇ ਕਿਰਨ ਖੈਰ ਨੇ 2,31,188 ਵੋਟਾਂ 50% ਵੋਟਾਂ ਉਹਨਾਂ ਨੇ ਲਈਆਂ। ਪਵਨ ਕੁਮਾਰ ਬੰਸਲ ਸੈਕਿੰਡ ਨੰਬਰ 'ਤੇ ਆਏ ਨੇ 1,34,218 ਵੋਟਾਂ, 40% ਵੋਟਾਂ ਉਹਨਾਂ ਨੂੰ ਪਈਆਂ ਨੇ। ਸੋ ਇੱਕ ਵੱਡਾ ਮਾਰਜਨ ਲੈ ਕੇ ਕਿਰਨ ਖੈਰ ਅੱਗੇ ਆਈ ਹੈ। ਬਾਕੀ ਅਗਲੀ ਕੁਛ ਸੀਟਾਂ ਜੋ ਕਿ VIP ਲਿਸਟਡ ਕੀਤੀ ਗਈਆਂ ਕਿ ਹਰਿਆਣੇ ਦੇ ਵਿੱਚ, ਔਰ ਜੋ ਓਨਲੀ ਸਿੱਖ ਕੈਂਡੀਡੇਟ ਦੀ ਜਿੱਥੇ ਆਪਾਂ ਗੱਲ ਕਰਦੇ ਹੈਗੇ ਹਾਂ ਅਤੇ ਆਪਾਂ 3 ਸੀਟਾਂ ਦੀ ਗੱਲ ਕਰਦੇ ਹਾਂ, ਪੰਜਾਬ ਤੋਂ ਬਾਹਰ 3 ਸੀਟਾਂ ਸੀਗੀਆਂ ਜਿੱਥੇ ਕਿ ਸਿਰਫ ਸਿੱਖ ਕੈਂਡੀਡੇਟਾਂ ਨੂੰ ਜੋ ਹੈਗਾ ਕਿ ਚਾਂਸ ਦਿੱਤਾ ਗਿਆ ਹੈਗਾ। ਕਾਂਗਰਸ ਵੱਲੋਂ ਦਿੱਲੀ ਦੇ ਵਿੱਚ ਅਰਵਿੰਦਰ ਸਿੰਘ ਲਵਲੀ ਜੋ ਕਿ ਹਾਰ ਚੁੱਕੇ ਨੇ, ਔਰ ਸੈਕਿੰਡ ਨੰਬਰ 'ਤੇ ਜੋ ਕਿ ਚਾਂਸ ਦਿੱਤਾ ਗਿਆ ਚਰਨਜੀਤ ਸਿੰਘ ਰੋੜੀ ਨੂੰ, ਸਿਰਸਾ ਤੋਂ ਪਹਿਲੇ ਵੀ MP ਸੀਗੇ, ਔਰ ਚਰਨਜੀਤ ਸਿੰਘ ਰੋੜੀ ਨੂੰ ਜਿਹੜਾ ਹੈਗਾ ਜੋ ਕਿ ਸਿਰਸਾ ਦੇ MP ਸੀਗੇ ਔਰ NLO ਪਾਰਟੀ ਦੇ ਉਹ MP ਸੀਗੇ, ਉਹਨਾਂ ਦੀ ਜਿਹੜੀ ਹੈਗੀ ਉਹਨਾਂ ਦੀ ਉਸ ਸੀਟ ਦੇ ਉੱਪਰ ਵੀ ਆਪਾਂ ਦੇਖਦੇ ਹੈਗੇ ਕਿ ਉਹ ਪਿੱਛੇ ਚੱਲ ਰਹੇ ਸੀਗੇ ਔਰ ਕਾਫੀ ਪਿੱਛੇ ਕਿ ਉਹ ਹਾਰ ਹੀ ਗਏ ਸੀਗੇ, ਔਰ ਐਸੀ ਉਹਨਾਂ ਦੀ ਉਹ ਹਾਰ ਦੇ ਵਿੱਚ ਵੀ ਉਹਨਾਂ ਤੁਸੀਂ ਯਕੀਨ ਮੰਨੋਗੇ ਕਿ ਇੰਨੀਆਂ ਘੱਟ ਵੋਟਾਂ ਉਹਨਾਂ ਨੂੰ ਪਈਆਂ ਕਿ ਕਦੀ ਕਦੀ ਤਾਂ ਯਕੀਨ ਨਹੀਂ ਹੁੰਦਾ। ਸਿਰਸੇ ਦੀ ਉਹ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੀ ਸੁਨੀਤਾ ਦੁੱਗਲ ਜਿੱਤੇ ਹੈਗੇ ਆ, ਔਰ ਚਰਨਜੀਤ ਸਿੰਘ ਰੋੜੀ ਕੰਪੀਟੀਸ਼ਨ ਦੇ ਵਿੱਚ ਵੀ ਨਹੀਂ ਰਹੇ, ਜਿੱਥੇ ਕਿ ਚਰਨਜੀਤ ਸਿੰਘ ਰੋੜੀ ਨੂੰ ਪਿਛਲੇ ਵਾਰੀ 1,15,736 ਵੋਟਾਂ ਜਿਹੜੀ ਚਰਨਜੀਤ ਸਿੰਘ ਰੋੜੀ ਨੂੰ ਪਿਛਲੀ ਵਾਰੀ ਪਈਆਂ ਸੀਗੀਆਂ, ਪਰ ਐਤਕੀ ਸਿਰਸੇ ਦੀ ਸੀਟ ਤੋਂ ਚਰਨਜੀਤ ਸਿੰਘ ਰੋੜੀ ਨੂੰ ਸਿਰਫ ਔਰ ਸਿਰਫ 88,093 ਵੋਟਾਂ ਮਿਲੀਆਂ। ਯਾਨੀ ਕਿ ਕਿੱਥੇ ਪਿਛਲੇ ਸਾਲ ਚਰਨਜੀਤ ਸਿੰਘ ਰੋੜੀ ਜੋ ਕਿ ਇੱਕ ਕੈਂਡੀਡੇਟ NLO ਦੇ ਜਿਹੜੇ ਸੀਗੇ ਪਿਛਲੇ ਸਾਲ, ਉਹਨਾਂ ਨੂੰ ਉਹ 1,15,000 ਦੇ ਡਿਫਰੈਂਸ ਤੋਂ ਜਿੱਤੇ ਸੀਗੇ, 1,15,000 ਤੋਂ ਵੱਧ ਡਿਫਰੈਂਸ ਤੋਂ ਉਹ ਜਿੱਤੇ ਸੀਗੇ, ਪਰ ਐਤਕੀ ਉਹ ਜੋ ਡਿਫਰੈਂਸ ਸੀਗਾ ਉਹਨੂੰ ਵੀ ਉਹ ਮੇਨਟੇਨ ਨਹੀਂ ਕਰ ਪਾਏ। ਚਰਨਜੀਤ ਸਿੰਘ ਰੋੜੀ ਜਿਹੜੇ ਹੈਗੇ ਨੇ ਉਹਨਾਂ ਨੂੰ ਸਿਰਫ 88,000 ਵੋਟਾਂ ਮਿਲੀਆਂ। ਸੋ ਭਾਰਤੀ ਜਨਤਾ ਪਾਰਟੀ ਨੇ ਉਸ ਸੀਟ 'ਤੇ ਵੀ ਆਪਣੀ ਜਿਹੜੀ ਹੈਗੀ ਜਿੱਤ ਦਰਜ ਕਰਾਈ। ਭੁਪਿੰਦਰ ਸਿੰਘ ਹੁੱਡਾ ਜਿਹੜੇ ਸੋਨੀਪਤ ਤੋਂ ਲੜ ਰਹੇ ਸੀਗੇ ਉਹ ਸੈਕਿੰਡ ਨੰਬਰ 'ਤੇ ਆਏ, 1,64,064 ਵੋਟਾਂ ਤੋਂ ਕਾਂਗਰਸ ਤੋਂ ਜਿਹੜੇ ਕੈਂਡੀਡੇਟ ਸੀਗੇ ਉਹ ਹਰੇ ਨੇ, ਔਰ ਭਾਰਤੀ ਜਨਤਾ ਪਾਰਟੀ ਦਾ ਰਮੇਸ਼ ਚੰਦਰ ਕੌਸ਼ਿਕ ਨੇ ਉਹਨਾਂ ਨੂੰ ਹਰਾਇਆ।
ਅੱਗੇ ਅਸੀਂ ਗੱਲ ਕਰਾਂਗੇ ਵੈਸਟ ਬੰਗਾਲ ਦੀ, ਕਿਉਂਕਿ ਵੈਸਟ ਬੰਗਾਲ ਦੇ ਵਿੱਚ ਬੀਜੇਪੀ ਦੇ ਓਨਲੀ ਸਿੱਖ ਕੈਂਡੀਡੇਟ ਪੰਜਾਬ ਤੋਂ ਬਾਹਰ ਐਸ ਐਸ ਆਲੂਵਾਲੀਆ ਦਾ ਜ਼ਿਕਰ ਹੋ ਰਿਹਾ ਸੀਗਾ। ਪਹਿਲੇ ਉਹਨਾਂ ਨੂੰ ਜਿਹੜੀ ਹੈਗੀ ਆ ਸੀਟ, ਉਹ ਪਹਿਲੇ ਉਹ ਦਾਰਜਲਿੰਗ ਤੋਂ ਸੀਗੇ, ਐਮ ਪੀ ਸੀਗੇ, ਜਿੱਤੇ ਸੀਗੇ, ਪਰ ਬਾਅਦ 'ਚ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੀ ਸੀਟ ਜਿਹੜੀ ਹੈਗੀ ਹੈ ਟਿਕਟ ਪਹਿਲੇ ਦਾਰਜਲਿੰਗ ਤੋਂ ਕੱਢ ਦਿੱਤੀ ਗਈ, ਫਿਰ ਬਾਅਦ 'ਚ ਉਹਨਾਂ ਨੂੰ ਜਿਹੜੀ ਐਮ ਪੀ ਦੀ ਸੀਟ ਜਿਹੜੀ ਵਰਧਮਾਨ ਦੁਰਗਾਪੁਰ ਤੋਂ ਦਿੱਤੀ ਗਈ। ਤੋ ਵਰਧਮਾਨ ਦੁਰਗਾਪੁਰ ਤੋਂ ਅੱਜ ਪੂਰਾ ਉਹਨਾਂ ਦਾ ਖਚਾਖਚ ਬਿਲਕੁਲ ਟਫ ਜਿਹੜੀ ਹੈਗੀ ਹੈ ਫਾਈਟ ਚੱਲੀ, ਔਰ ਨੇੜੇ ਨੇੜੇ ਉਹ ਕਦੀ ਉਹ 200-400-500 ਵੋਟਾਂ ਤੋਂ ਅੱਗੇ ਜਾਂਦੇ ਸੀ ਅਤੇ ਕਦੀ 200-400-500 ਵੋਟਾਂ ਤੋਂ ਪਿੱਛੇ ਆਉਂਦੇ ਸੀਗੇ, ਪਰ ਆਖਿਰ ਦੇ ਵਿੱਚ ਤਕਰੀਬਨ ਜੋ ਰਿਜ਼ਲਟ ਜੋ ਡਿਕਲੇਅਰ ਰਹੇ ਆ ਐਸ ਐਸ ਆਲੂਵਾਲੀਆ ਸਾਹਿਬ ਜਿੱਤ ਗਏ ਨੇ, ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈਗੀ ਹੈ ਭਾਰਤੀ ਜਨਤਾ ਪਾਰਟੀ ਤੋਂ, ਔਰ ਟੀ ਐਮ ਸੀ ਦੇ ਯਾਨੀ ਮਮਤਾ ਦੀ ਪਾਰਟੀ ਦੇ ਡਾਕਟਰ ਮੁਮਤਾਜ਼ ਸਿੰਘ ਮਿੱਤਰਾ ਨੂੰ ਉਹਨਾਂ ਨੇ ਹਰਾਇਆ, ਔਰ ਬਹੁਤ ਟਫ ਜਿਹੜਾ ਹੈਗਾ ਮਾਰਜਨ ਉਹਨੇ ਜਿਹੜਾ ਬਹੁਤ ਘੱਟ ਮਾਰਜਨ ਰਿਹਾ, ਸਿਰਫ 2439 ਦੇ ਮਾਰਜਨ ਦੇ ਨਾਲ ਉਹਨਾਂ ਨੇ ਮੁਮਤਾਜ਼ ਸਿੰਘ ਮਿੱਤਰਾ ਨੂੰ ਹਰਾਇਆ ਜਿਹੜਾ ਹੈਗਾ, ਜਦਕਿ ਪਿਛਲੀ ਵਾਰੀ ਡਾਕਟਰ ਮੁਮਤਾਜ਼ ਸਿੰਘ ਮਿੱਤਰਾ 1,07,331 ਵੋਟਾਂ ਦੇ ਨਾਲ ਉਹ ਜਿੱਤੇ ਸੀਗੇ। ਸੋ ਇਹ ਇੱਕ ਬਹੁਤ ਇੱਕ ਟਫ ਜਿਹੜਾ ਮੁਕਾਬਲਾ ਮੰਨਿਆ ਜਾ ਰਿਹਾ ਸੀਗਾ ਵੈਸਟ ਬੰਗਾਲ ਦੀ ਸੀਟ ਦੇ ਉੱਪਰ। ਔਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿੰਨੀ ਕੁ ਵੋਟਸ ਉਹਨਾਂ ਨੂੰ ਜਿਹੜੀ ਹੈਗੀਆਂ ਮਿਲੀਆਂ, ਕਿੰਨੀ ਪਰਸੈਂਟੇਜ ਐਸ ਐਸ ਆਲੂਵਾਲੀਆ ਨੂੰ ਮਿਲੀਆਂ। ਉਹਨਾਂ ਨੂੰ ਮਿਲੀਆਂ ਟੋਟਲ 5,98,376 ਵੋਟਾਂ, ਜੋ ਕਿ 41% ਰਿਹਾ, ਔਰ ਸੈਕਿੰਡ ਨੰਬਰ 'ਤੇ ਆਏ, ਔਰ 41.76% ਉਹਨਾਂ ਨੂੰ ਵੋਟਾਂ ਮਿਲੀਆਂ, ਔਰ ਸੈਕਿੰਡ ਨੰਬਰ 'ਤੇ ਡਾਕਟਰ ਮੁਮਤਾਜ਼ ਸਿੰਘ ਮਿੱਤਰਾ ਨੂੰ 41.59% ਮਿਲੀਆਂ। ਯਾਨੀ ਕਿ ਸਿਰਫ ਜੇ ਆਪਾਂ ਗੱਲ ਕਰੀਏ ਤਾਂ 0.76 ਉਹਨਾਂ ਨੂੰ ਮਿਲੀ, 41.76 ਉਹਨਾਂ ਨੂੰ ਮਿਲੀਆਂ ਅਤੇ 41.59 ਉਹਨਾਂ ਨੂੰ ਮਿਲੀਆਂ, ਯਾਨੀ ਕਿ ਟੋਟਲ ਸਿਰਫ 0.17% ਦੇ ਮਾਰਜਨ ਤੋਂ ਜਿਹੜਾ ਹੈਗੇ ਆ ਉਹ ਐਸ ਐਸ ਆਲੂਵਾਲੀਆ ਸਾਹਿਬ ਜਿੱਤੇ ਨੇ। ਔਰ ਜੋ ਵੱਡੀ ਸੀਟ ਜਿਹਨੂੰ ਕਿਹਾ ਜਾ ਰਿਹਾ ਸੀਗਾ ਡਾਇਮੰਡ ਹਾਰਬਰ ਦੀ ਵੈਸਟ ਬੰਗਾਲ ਦੀ, ਅਭਿਸ਼ੇਕ ਬੈਨਰਜੀ ਮਮਤਾ ਬੈਨਰਜੀ ਦੇ ਜਿਹੜੇ ਭਤੀਜੇ ਨੇ ਉਹਨਾਂ ਦੀ ਸੀਟ ਸੀਗੀ, ਉਹ ਜਿਹੜੇ ਹੈਗੇ ਆ ਉਹ ਆਪਣੇ ਰਿਕਾਰਡ ਮਤਾਂ ਦੇ ਨਾਲ 3,20,678 ਵੋਟਸ ਦੇ ਨਾਲ ਉਹਨਾਂ ਨੇ ਆਪਣੀ ਜਿਹੜੀ ਜਿੱਤ ਹੈਗੀ ਉਹ ਬਰਕਰਾਰ ਕੀਤੀ। ਅੱਗੇ ਗੱਲ ਕਰਦੇ ਹਾਂ ਰਾਹੁਲ ਗਾਂਧੀ ਦੀ, ਉੱਤਰ ਪ੍ਰਦੇਸ਼ ਦੀ ਗੱਲ ਕਰਦੇ ਹਾਂ, ਕਿਉਂਕਿ ਉੱਤਰ ਪ੍ਰਦੇਸ਼ ਦੇ ਵਿੱਚ ਕਾਫੀ ਜਿਹੜੇ ਵੱਡੇ ਕੈਂਡੀਡੇਟ ਸੀਗੇ ਉਹ ਹੈਗੇ ਸੀਗੇ, ਹੋਰ ਬਹੁਤ ਜ਼ਿਆਦਾ ਜੋ ਕਿ ਕੈਂਡੀਡੇਟ ਜਿਹੜੇ ਉੱਥੇ ਸੀਗੇ। ਸੋ ਜੇ ਆਪਾਂ ਭਾਵੇਂ ਬੀਜੇਪੀ ਦੀ ਗੱਲ ਕਰੀਏ, ਸਮਾਜਵਾਦੀ ਪਾਰਟੀ ਦੀ ਗੱਲ ਕਰੀਏ ਜਾਂ ਕਾਂਗਰਸ ਦੀ ਗੱਲ ਕਰੀਏ, ਤਾਂ ਉੱਤਰ ਪ੍ਰਦੇਸ਼ ਦੀ ਸੀਟ 'ਤੇ ਜੋ 80 ਦੀ ਜਿਹੜੀ ਐਮ ਪੀ ਸੀਟਾਂ ਸੀ ਉਹਨਾਂ ਦੇ ਉੱਪਰ ਬਹੁਤ ਨਜ਼ਰ ਸੀਗੀ। ਔਰ ਅਮੇਠੀ ਤੋਂ ਰਾਹੁਲ ਗਾਂਧੀ ਜੋ ਲੜ ਰਹੇ ਸੀਗੇ ਪਿਛਲੀ ਵਾਰੀ ਉਹ ਜਿੱਤੇ ਸੀਗੇ ਥੋੜ੍ਹੇ ਜਿਹੇ ਡਿਫਰੈਂਸ ਦੇ ਨਾਲ, ਪਰ ਐਤਕਿ ਸਿਮ੍ਰਿਤੀ ਇਰਾਨੀ ਉਸ ਸੀਟ ਤੋਂ ਬਾਜ਼ੀ ਮਾਰ ਗਈ ਹੈਗੀ ਆ, ਔਰ ਉਹਨਾਂ ਨੇ ਰਾਹੁਲ ਗਾਂਧੀ ਨੂੰ 55,686 ਵੋਟਾਂ ਦੇ ਨਾਲ ਹਰਾਇਆ, ਜਦਕਿ ਪਿਛਲੀ ਵਾਰੀ ਰਾਹੁਲ ਗਾਂਧੀ 1,07,000 ਵੋਟਾਂ ਨਾਲ ਜਿੱਤੇ ਸੀਗੇ, ਪਰ ਐਤਕਿ ਉਹਨਾਂ ਨੂੰ 55,686 ਵੋਟਾਂ ਦੇ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇੱਕ ਪਾਰਟੀ ਦੇ ਪ੍ਰਧਾਨ ਵਾਸਤੇ ਜਿਹਨੂੰ ਇੱਕ ਪੀ ਐੱਮ ਕੈਂਡੀਡੇਟ ਦੇ ਤੌਰ 'ਤੇ ਵੇਖਿਆ ਜਾ ਰਿਹਾ ਸੀਗਾ, ਉਹਦੇ ਵਾਸਤੇ ਉਹਨਾਂ ਦੀ ਪੁਸ਼ਤੈਨੀ ਸੀਟ ਤੋਂ ਹਾਰਨਾ ਇੱਕ ਸੋਚਣ ਸਮਝਣ ਵਾਲੀ ਗੱਲ ਹੈ ਰਾਹੁਲ ਗਾਂਧੀ ਵਾਸਤੇ ਵੀ, ਕਿ ਕਿਉਂ ਅਮੇਠੀ ਦੇ ਲੋਕ ਵੀ ਉਹਨਾਂ ਨੂੰ ਹੁਣ ਪਸੰਦ ਨਹੀਂ ਕਰ ਰਹੇ ਹੈਗੇ, ਜਦਕਿ ਪਿਛਲੇ ਸਾਲ ਇੱਕ ਸਿਚੁਏਸ਼ਨ ਨਰਿੰਦਰ ਮੋਦੀ ਵਾਸਤੇ ਬਣੀ ਸੀ, ਉਹ ਗੁਜਰਾਤ ਤੋਂ ਵੀ ਉਹ ਇਲੈਕਸ਼ਨ ਲੜੇ ਸੀਗੇ ਐਮ ਪੀ ਦਾ, ਔਰ ਸੈਕਿੰਡ ਵਾਰਾਣਸੀ ਦੀ ਸੀਟ ਤੋਂ ਵੀ ਲੜੇ ਸੀਗੇ ਇੱਕ ਸੇਫ ਸੀਟ ਦੇ ਤੌਰ 'ਤੇ, ਪਰ ਐਤਕੀ ਨਰਿੰਦਰ ਮੋਦੀ ਕਾਫੀ ਕੌਨਫੀਡੈਂਟ ਸੀਗੇ, ਉਹਨਾਂ ਨੇ ਦੋ ਸੀਟ ਤੋਂ ਨਹੀਂ ਸਿਰਫ ਸਿੰਗਲ ਸੀਟ ਤੋਂ ਇਲੈਕਸ਼ਨ ਲੜਿਆ, ਪਰ ਰਾਹੁਲ ਗਾਂਧੀ ਸ਼ਾਇਦ ਕੌਨਫੀਡੈਂਟ ਨਹੀਂ ਸੀਗੇ, ਇਸ ਕਰਕੇ ਉਹਨਾਂ ਨੇ ਅਮੇਠੀ ਤੋਂ ਜਦੋਂ ਸਿਮ੍ਰਿਤੀ ਇਰਾਨੀ ਆਈ ਤਾਂ ਉਸ ਤੋਂ ਬਾਅਦ ਉਹਨਾਂ ਨੇ ਕੇਰਲਾ ਦੀ ਵਾਇਆਨਾਦ ਦੀ ਸੀਟ ਤੋਂ ਵੀ ਜਿਹੜਾ ਹੈਗਾ ਆਪਣੇ ਰਜਿਸਟ੍ਰੇਸ਼ਨ ਕੀਤੀ ਸੀਗੀ, ਦੋ ਥਾਵਾਂ ਤੋਂ ਇਲੈਕਸ਼ਨ ਲੜੇ ਸੀਗੇ, ਔਰ ਵਾਇਆਨਾਦ ਦੀ ਸੀਟ ਤੋਂ ਜਿੱਤੇ ਵੀ, ਉਸ ਦੇ ਬਾਰੇ ਵਿੱਚ ਤੁਹਾਨੂੰ ਦੱਸਾਂਗੇ। ਟੋਟਲ ਅਜੇ ਅਮੇਠੀ ਦੀ ਸੀਟ 'ਤੇ ਦੱਸੀਏ ਕਿ ਰਾਹੁਲ ਗਾਂਧੀ ਨੂੰ 4,11,346 ਵੋਟਾਂ, 43% ਵੋਟਾਂ ਮਿਲੀਆਂ, ਸਿਮ੍ਰਿਤੀ ਇਰਾਨੀ ਨੂੰ ਬਲਕਿ ਮਿਲੀਆਂ 4,67,032 ਵੋਟਾਂ, ਯਾਨੀ 49%, ਤੋਂ ਤਕਰੀਬਨ 4% ਦਾ ਮਾਰਜਨ ਜਿਹੜਾ ਹੈਗਾ ਇਸ ਸੀਟ 'ਤੇ ਰਿਹਾ ਸੀਗਾ। ਔਰ ਅੱਗੇ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਕਿ ਰਾਹੁਲ ਗਾਂਧੀ ਜਿਹੜੇ ਹੈਗੇ ਆ ਉਹਨਾਂ ਦੀ ਜਿਹੜੀ ਮਦਰ ਯਾਨੀ ਕਿ ਰਾਏ ਬਰੇਲੀ ਤੋਂ ਸੋਨੀਆ ਗਾਂਧੀ ਜਿਹੜੀ ਹੈਗੀ ਹੈ, ਸੋਨੀਆ ਗਾਂਧੀ ਨੂੰ ਕਿੰਨੀ ਜਿਹੜੀ ਹੈਗੀ ਉਹਨਾਂ ਦੀ ਜਿਹੜੀ ਵੋਟਾਂ ਮਿਲੀਆਂ ਹੈ, ਬੇਸ਼ੱਕ ਉਹ ਜਿੱਤੇ ਨੇ ਰਾਏ ਬਰੇਲੀ ਤੋਂ, ਪਹਿਲੇ ਵੀ ਉਹ ਐਮ ਪੀ ਰਹੀ ਸੀਗੀ ਸੋਨੀਆ ਗਾਂਧੀ, ਰਾਏ ਬਰੇਲੀ ਤੋਂ ਸੋਨੀਆ ਗਾਂਧੀ ਜਿੱਤੀ ਹੈਗੀ 1,67,178 ਵੋਟਾਂ ਦੇ ਨਾਲ, ਰਾਏ ਬਰੇਲੀ ਤੋਂ ਸੋਨੀਆ ਗਾਂਧੀ ਜਿੱਤੀ ਹੈਗੀ ਆ, ਔਰ ਬਹੁਤ ਵੱਡਾ ਮਾਰਜਨ ਤਾਂ ਨਹੀਂ ਕਹਿ ਸਕਦੇ ਪਾਰਟੀ ਪ੍ਰਧਾਨ ਦੇ ਹੋਣ ਦੇ ਨਾਤੇ, ਪਰ ਫਿਰ ਵੀ ਕੋਈ ਘੱਟ ਵੀ ਨਹੀਂ ਹੈਗਾ। ਸੋਨੀਆ ਗਾਂਧੀ ਨੇ ਟੋਟਲ 5,34,998 ਵੋਟਾਂ ਨਹੀਂ 55% ਜਿਹੜੀ ਹੈ ਵੋਟਾਂ ਉਹ ਮਿਲੀਆਂ ਸੀਗੀਆਂ ਉਹ 'ਤੇ। ਸੋਨੀਆ ਗਾਂਧੀ ਦੇ ਪਰਿਵਾਰ ਦੀ ਜੇ ਗੱਲ ਕਰੀਏ ਤਾਂ ਮੇਨਕਾ ਗਾਂਧੀ ਆ ਜਾਂਦੇ ਹੈਗੇ ਆ, ਮੇਨਕਾ ਗਾਂਧੀ ਜੋ ਕਿ ਸੁਲਤਾਨਪੁਰ ਦੀ ਸੀਟ ਤੋਂ
ਉਹ ਬੀਜੇਪੀ ਪਾਰਟੀ ਤੋਂ ਉਹਨਾਂ ਦੇ ਓਪੋਜ਼ਿਟ ਪਾਰਟੀ ਤੋਂ ਉਹ ਖੜ੍ਹੇ ਸੀਗੇ, ਦਰਾਨੀਆਂ ਜਠਾਨੀਆਂ ਹੋਰ ਚਾਚੇ ਭਤੀਜੇ ਆਪਸ ਦੇ ਵਿੱਚ ਖੜ੍ਹੇ ਸੀਗੇ, ਪਰ ਅਲੱਗ ਅਲੱਗ ਪਾਰਟੀਆਂ ਤੋਂ। ਸੁਲਤਾਨਪੁਰ ਦੀ ਸੀਟ ਤੋਂ ਮੇਨਕਾ ਗਾਂਧੀ ਜਿਹੜੀ ਹੈਗੀ ਆ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈਗੀ ਆ, ਔਰ 14,526 ਵੋਟਾਂ ਦੇ ਬਹੁਤ ਘੱਟ ਬਹੁਤ ਟੱਚੇਬਲ ਜਿਹੜਾ ਮਾਰਜਨ ਤੋਂ ਜਿਹੜਾ ਹੈਗਾ ਉਹਨਾਂ ਨੇ ਜਿੱਤ ਜਿਹੜੀ ਹੈਗੀ ਪ੍ਰਾਪਤ ਕੀਤੀ। ਔਰ ਉੱਥੇ ਮੇਨਕਾ ਗਾਂਧੀ ਨੇ, ਹੋਰ ਮੇਨਕਾ ਗਾਂਧੀ ਦੇ ਬੇਟੇ ਪੀਲੀਭੀਤ ਤੋਂ ਜੋ ਲੜ ਰਹੇ ਸੀਗੇ ਵਰੁਣ ਗਾਂਧੀ, ਉਹਨਾਂ ਨੇ ਵੀ ਜਿੱਤ ਪ੍ਰਾਪਤ ਕੀਤੀ ਔਰ ਰਿਕਾਰਡ 255,627 ਵੋਟਾਂ ਦੇ ਨਾਲ ਉਹ ਜਿੱਤੇ। ਔਰ ਉਸ ਤੋਂ ਬਾਅਦ ਜੇ ਅੱਗੇ ਆਪਾਂ ਗੱਲ ਕਰਦੇ ਹੈਗੇ ਹਾਂ ਕਿ ਇਹ ਤਾਂ ਗੱਲਾਂ ਰਹੀਆਂ ਕਿ ਗਾਂਧੀ ਪਰਿਵਾਰ ਦੀ ਵੋਟਾਂ ਦੀ, ਪਰ ਵਾਰਾਣਸੀ ਤੋਂ ਵਿੱਚੋਂ ਹੁਣ ਜੇ ਬੀਜੇਪੀ ਦੀ ਸੀਟਾਂ ਦੀ ਗੱਲ ਕਰਾਂਗੇ ਤਾਂ ਵਾਰਾਣਸੀ ਦੇ ਵਿੱਚੋਂ ਇੱਕ ਬਹੁਤ ਟਫ ਜੋ ਕਿ ਫਾਈਟ ਮੰਨੀ ਜਾ ਰਹੀ ਸੀਗੀ, ਪਰ ਨਰਿੰਦਰ ਮੋਦੀ ਦੀ ਬੜੀ ਇੱਕ ਆਸਾਨ ਫਾਈਟ ਸੀਗੀ। ਅਲੱਗ ਅਲੱਗ ਗਠਬੰਧਨ ਦੇ ਮਹਾਂਗਠਬੰਧਨ ਦੇ ਕੈਂਡੀਡੇਟ ਵੀ ਆਏ, ਹੋਰ ਵੀ ਕਈ ਕੈਂਡੀਡੇਟ ਆਏ ਸੀਗੇ, ਪਰ ਨਰਿੰਦਰ ਮੋਦੀ ਦੇ ਆਪਣੇ ਕੰਮਾਂ ਕਰਕੇ ਇੰਨੇ ਕੌਨਫੀਡੈਂਟ ਸੀਗੇ ਕਿ ਉੱਥੋਂ 479,505 ਵੋਟਾਂ ਦੇ ਨਾਲ ਨਰਿੰਦਰ ਮੋਦੀ ਉਸ ਸੀਟ ਤੋਂ ਜੋ ਕਿ ਡਿਫਰੈਂਸ ਤੋਂ ਇਲੈਕਸ਼ਨ ਜਿੱਤੇ ਨੇ। ਔਰ ਵਾਰਾਣਸੀ ਦੀ ਸੀਟ ਤੋਂ ਟੋਟਲ ਨਰਿੰਦਰ ਮੋਦੀ ਨੂੰ 6,67,74,666 ਵੋਟ, ਯਾਨੀ 63% ਵੋਟਾਂ ਜਿਹੜੀਆਂ ਮਿਲੀਆਂ। ਸੈਕਿੰਡ ਨੰਬਰ 'ਤੇ ਆਏ ਸ਼ਾਲਿਨੀ ਯਾਦਵ, ਸਮਾਜਵਾਦੀ ਪਾਰਟੀ ਦੇ ਮਹਾਂਗਠਬੰਧਨ ਦੇ ਜਿਹੜੇ ਕੈਂਡੀਡੇਟ ਸੀਗੇ, ਸਿਰਫ 1,95,000, ਸਿਰਫ ਤਾਂ ਨਹੀਂ ਕਹਿ ਸਕਦਾ, ਪਰ 1,95,159 ਵੋਟਾਂ 18% ਵੋਟਾਂ ਨੂੰ ਮਿਲੀਆਂ। ਅਜੇ ਰਾਏ ਕਾਂਗਰਸ ਨੂੰ ਵੀ 1,52,548 ਵੋਟਾਂ, ਇਹ ਵੋਟਾਂ ਜਿਹੜੀ ਆਪਾਂ ਤਕਰੀਬਨ ਕਹਿ ਸਕਦੇ ਹਾਂ ਕਿ ਨਰਿੰਦਰ ਮੋਦੀ ਦੇ ਖਿਲਾਫ ਜੋ ਹੈਗੀ ਆ ਉਹ ਪਈਆਂ, ਜੇ 63% ਨਰਿੰਦਰ ਮੋਦੀ ਨੂੰ ਪਈਆਂ ਅਤੇ 18 ਅਤੇ 14 ਆਪਾਂ ਕਹਿ ਸਕਦੇ ਹਾਂ ਕਿ 32-33% ਨਰਿੰਦਰ ਮੋਦੀ ਦੇ ਅਗੇਂਸਟ ਵੀ ਜਿਹੜੀ ਹੈਗੀ ਆ ਉਹਨਾਂ ਦੀ ਆਪ ਦੀ ਸੀਟ ਤੋਂ ਪਈਆਂ ਸੀਗੀਆਂ। ਅੱਗੇ ਆ ਜਾਂਦੇ ਹਾਂ ਲਖਨਊ ਸੀਟ 'ਤੇ, ਕਿਉਂਕਿ ਹੋਮ ਮਿਨਿਸਟਰ ਜਿਹੜੇ ਹੈਗੇ ਨੇ ਲਖਨਊ ਦੇ ਨੇ ਰਾਜਨਾਥ ਸਿੰਘ, ਉਹਨਾਂ ਦੀ ਜਿਹੜੀ ਸੀਟ ਹੈਗੀ ਉਹ ਵੀ ਉਹਦੇ ਉੱਪਰ ਵੀ ਕਾਫੀ ਨਿਗਾਹ ਸੀਗੀ। ਉਸ ਸੀਟ ਦੇ ਉੱਪਰ ਜੇ ਆਪਾਂ ਗੱਲ ਕਰਦੇ ਹੈਗੇ ਹਾਂ ਤਾਂ ਰਾਜਨਾਥ ਸਿੰਘ ਨੇ ਵੀ ਆਪਣੀ ਜਿੱਤ ਜਿਹੜੀ ਹੈਗੀ ਉਹ ਬਰਕਰਾਰ ਕੀਤੀ ਹੈਗੀ ਆ। ਪੂਨਮ ਸ਼ਤਰੂਘਨ ਸਿਨਹਾ ਦੀ ਮਿਸਿਜ਼ ਜਿਹੜੀ ਪੂਨਮ ਸਿਨਹਾ ਸੀਗੀ, ਉਹਨਾਂ ਨੇ ਸਮਾਜਵਾਦੀ ਪਾਰਟੀ ਦੇ ਮਹਾਂਗਠਬੰਧਨ ਦੇ ਕੈਂਡੀਡੇਟ ਸੀਗੇ, ਉਹਨਾਂ ਨੂੰ ਹਰਾਇਆ। ਔਰ 334,302 ਵੋਟਾਂ ਦੇ ਨਾਲ ਰਾਜਨਾਥ ਸਿੰਘ ਨੇ ਉਹਨਾਂ ਨੂੰ ਹਰਾਇਆ, ਜੋ ਕਿ ਇੱਕ ਬਹੁਤ ਵੱਡਾ ਮਾਰਜਨ ਵੀ ਹੈ ਮੰਨਿਆ ਜਾਂਦਾ ਹੈਗਾ। ਔਰ ਰਾਜ ਬੱਬਰ ਦੀ ਜੇ ਆਪਾਂ ਗੱਲ ਕਰੀਏ ਤਾਂ ਫਤਿਹਪੁਰ ਸੀਕਰੀ ਤੋਂ ਪੰਜਾਬੀ ਐਕਟਰ ਅਤੇ ਬੋਲੀਵੁੱਡ ਅਤੇ ਪੰਜਾਬੀ ਫਿਲਮਾਂ ਦੇ ਜੋ ਐਕਟਰ ਅਤੇ ਕਾਂਗਰਸ ਦੇ ਵਿੱਚੋਂ ਸੀ ਹੈਗੇ ਸੀਗੇ, ਰਾਜ ਬੱਬਰ ਜਿਹੜੇ ਹੈਗੇ ਆ ਉਹ ਹਰੇ ਨੇ, ਔਰ ਬਹੁਤ ਜ਼ਿਆਦਾ ਵੋਟਾਂ ਦੇ ਨਾਲ 495,065 ਵੋਟਾਂ, ਯਾਨੀ ਕਿ ਤਕਰੀਬਨ 500,000 ਵੋਟਾਂ ਦੇ ਨਾਲ ਰਾਜ ਬੱਬਰ ਨੂੰ ਜਿਹੜੀ ਹੈਗੀ ਆ ਉਹ ਹਾਰ ਦਾ ਜਿਹੜਾ ਸਾਹਮਣਾ ਕਰਨਾ ਪਿਆ ਹੈਗਾ। ਇੱਕ ਰਾਜ ਬੱਬਰ ਸਟਾਰ ਵੀ ਰਹੇ ਪਰ ਉਹ ਜਾਦੂ ਵੀ ਨਹੀਂ ਚੱਲਿਆ ਕਾਂਗਰਸ ਦੇ ਵਿੱਚ, ਮੇਰੇ ਕਾਂਗਰਸ ਦਾ ਜਾਦੂ ਤਾਂ ਚੱਲ ਹੀ ਨਹੀਂ ਪਾਇਆ। ਮੋਦੀ ਵੇਵ ਦੇ ਆ ਕੇ ਸਾਰੇ ਜਾਦੂ ਜਿਹੜੇ ਹੈਗੇ, ਮੈਨੂੰ ਲੱਗਦਾ ਕਿ ਸ਼ਾਇਦ ਉਹ ਵੈਨਿਸ਼ ਹੋ ਗਏ। ਕਿਹੜੀ ਕਿਹੜੀਆਂ ਹੋਰ ਸੀਟਾਂ ਸੀਗੀਆਂ ਉਸ ਦੇ ਬਾਰੇ ਵੀ ਤੁਹਾਨੂੰ ਦੱਸਦੇ ਹਾਂ। ਅਮੇਠੀ ਔਰ ਮਥੁਰਾ, ਹੇਮਾ ਮਾਲਨੀ ਇੱਕ ਵੱਡੀ ਸੀਟ ਜਿਹੜੀ ਹੈਗੀ ਹੈ ਹੇਮਾ ਮਾਲਨੀ ਦੀ ਜਿਹੜੀ ਮੰਨੀ ਜਾ ਰਹੀ ਸੀਗੀ ਮਥੁਰਾ ਦੀ, ਕਿ ਉਹਦੇ ਉੱਪਰ ਇੱਕ ਨਜ਼ਰਾਂ ਸੀਗੀਆਂ ਕਿ ਵੀ ਕੀ ਹੇਮਾ ਮਾਲਨੀ, ਕਿਉਂਕਿ ਕਿਹਾ ਜਾ ਰਿਹਾ ਸੀਗਾ ਕਿ ਇਲਾਕੇ ਦੇ ਵਿੱਚੋਂ ਦੁਬਾਰਾ ਗਈ ਨਹੀਂ ਅਤੇ ਕੀ ਦੁਬਾਰਾ ਉਸ ਇਲਾਕੇ ਦੇ ਲੋਕ ਉਹਨੂੰ ਵੋਟ ਕਰਨਗੇ, ਪਰ ਫਿਰ ਵੀ ਹੇਮਾ ਮਾਲਨੀ ਨੇ ਭਾਵੇਂ ਆਪਣੇ ਜਾਦੂ ਦੇ ਰਾਹੀਂ ਜਾਂ ਮੋਦੀ ਵੇਵ ਦੇ ਚੱਲਦੇ, ਹੇਮਾ ਮਾਲਨੀ ਨੇ ਮਥੁਰਾ ਦੀ ਸੀਟ ਤੋਂ ਜਿਹੜੀ ਹੈਗੀ ਆ ਆਪਣੀ ਜਿੱਤ ਜਿਹੜੀ ਹੈਗੀ ਆ ਉਹ ਦਰਜ ਕੀਤੀ ਹੈਗੀ ਆ। ਔਰ ਜੋ ਜਿੱਤ ਉਹਨਾਂ ਨੇ ਜੋ ਰਿਕਾਰਡ ਜੋ ਕਿ ਜੋ ਵੋਟਸ ਉਹਨਾਂ ਨੂੰ ਪੋਲ ਹੋਏ ਆ ਉਹਦੇ ਬਾਰੇ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਹੇਮਾ ਮਾਲਨੀ ਨੂੰ ਤਕਰੀਬਨ 290,000 ਦੇ ਡਿਫਰੈਂਸ ਤੋਂ ਹੇਮਾ ਮਾਲਨੀ ਜਿੱਤੀ ਸੀਗੀ। ਔਰ ਅੱਗੇ ਅਸੀਂ ਚੱਲਦੇ ਹਾਂ ਮੇਨਪੁਰੀ ਦੀ ਸੀਟ, ਮੁਲਾਇਮ ਸਿੰਘ ਯਾਦਵ ਸਮਾਜਵਾਦੀ ਪਾਰਟੀ ਦੇ ਮੇਨ ਜੋ ਹੈਗੇ ਨੇ ਜੋ ਕਿ ਫਾਊਂਡਰ ਹੈਗੇ ਨੇ ਉਹਨਾਂ ਦੇ, ਮੁਲਾਇਮ ਸਿੰਘ ਯਾਦਵ ਜੋ ਪੁਸ਼ਤੈਨੀ ਸੀਟ ਵੀ ਕਹੀ ਜਾਂਦੀ ਹੈਗੀ ਉਹਨਾਂ ਦੀ, ਮੁਲਾਇਮ ਸਿੰਘ ਯਾਦਵ ਸਮਾਜਵਾਦੀ ਪਾਰਟੀ ਤੋਂ ਜਿੱਤੇ ਨੇ, ਹੋਰ 94,000 ਤਕਰੀਬਨ ਵੋਟਾਂ ਤੋਂ ਜਿੱਤੇ ਨੇ। ਹੋਰ ਕੰਨੌਜ ਤੋਂ ਉਹਨਾਂ ਦੀ ਜਿਹੜੀ ਨੂੰਹ ਹੈਗੀ ਆ ਉਹ ਖੜ੍ਹੀ ਹੋਈ ਸੀਗੀ ਕੰਨੌਜ ਤੋਂ, ਡਿੰਪਲ ਯਾਦਵ ਯਾਨੀ ਸਮਾਜਵਾਦੀ ਪਾਰਟੀ ਦੇ ਜਿਹੜੇ ਹੈਗੇ ਡਿੰਪਲ ਯਾਦਵ, ਜਿਹੜੀ ਅਖਿਲੇਸ਼ ਯਾਦਵ ਜੋ ਕਿ ਸਾਬਕਾ ਚੀਫ ਮਿਨਿਸਟਰ ਦੀ ਉੱਤਰ ਪ੍ਰਦੇਸ਼ ਦੀ ਵਾਈਫ ਵੀ ਹੈਗੀ ਆ, ਪਰ ਉਹ ਆਪਣਾ ਐਸਾ ਕੋਈ ਜਾਦੂ ਜਿਹੜਾ ਹੈਗਾ ਉੱਥੇ ਨਹੀਂ ਚਲਾ ਪਾਈ। ਕੰਨੌਜ ਦੀ ਸੀਟ ਤੋਂ ਉਹਨਾਂ ਨੂੰ ਜਿਹੜਾ ਹੈਗਾ ਡਿੰਪਲ ਯਾਦਵ ਨੂੰ, ਸ਼ਾਇਦ ਇਹਦੇ ਵਿੱਚ ਜੋ ਡੇਟਾਸ ਆਪਾਂ ਦੇਖ ਰਹੇ ਹੈਗੇ ਹਾਂ, ਪਰ ਕੰਨੌਜ ਤੋਂ ਜਿਹੜੀ ਹੈਗੀ ਆਪਣੀ ਜਿੱਤ ਜਿਹੜੀ ਹੈਗੀ ਹੈ ਦਰਜ ਕਰਾਉਣ ਦੇ ਵਿੱਚ ਡਿੰਪਲ ਯਾਦਵ ਅਸਮਰਥ ਰਹੀ ਹੈਗੀ ਹੈ। ਕੁਛ ਡੇਟਾਸ ਜਿਹੜੇ ਹੈਗੇ ਆਪਾਂ ਉਹ ਹੀ ਚੈੱਕ ਕਰਕੇ ਇੱਕ ਔਫੀਸ਼ੀਅਲ ਕੀ ਸਟੇਟਮੈਂਟ ਆਉਂਦੀ ਹੈ, ਔਫੀਸ਼ੀਅਲ ਸਾਰੀ ਉਹ ਸਟੇਟਮੈਂਟਸ ਜਿਹੜੀ ਹੈਗੀ ਤੁਹਾਨੂੰ ਡੇਟਾ ਐਨਾਲਿਸਿਸ ਕਰਕੇ ਜਿਹੜਾ ਸਾਰਾ ਤੁਹਾਨੂੰ ਅਸੀਂ ਦਿਖਾ ਰਹੇ ਹੈਗੇ ਹਾਂ। ਕੰਨੌਜ ਤੋਂ ਡਿੰਪਲ ਯਾਦਵ 10,159 ਵੋਟਾਂ ਦੇ ਨਾਲ ਹਾਰੀ ਹੈ, ਯਾਨੀ ਕਿ ਬਹੁਤ
ਛੋਟਾ ਮਾਰਜਨ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਛੋਟੇ ਮਾਰਜਨ ਤੋਂ ਡਿੰਪਲ ਯਾਦਵ ਜਿਹੜੀ ਹੈਗੀ ਆ ਉਹ ਹਾਰੀ ਹੈਗੀ ਆ। ਰਾਮਪੁਰ ਦੀ ਸੀਟ 'ਤੇ ਕਾਫੀ ਨਜ਼ਰ ਸੀਗੀ ਲੋਕਾਂ ਦੀ ਰਾਮਪੁਰ ਤੋਂ, ਕਿਉਂਕਿ ਰਾਮਪੁਰ ਤੋਂ ਆਜ਼ਮ ਖਾਨ ਸਮਾਜਵਾਦੀ ਪਾਰਟੀ ਦੇ ਉਹ ਖੜ੍ਹੇ ਸੀਗੇ ਔਰ ਆਪਣੇ ਜਿੱਤ ਉਹਨਾਂ ਨੇ ਦਰਜ ਕਰਾਈ ਹੈਗੀ ਹੈ ਔਰ 1,09,997 ਵੋਟਾਂ ਜਿਹੜੀ ਹੈਗੀਆਂ ਦੇ ਡਿਫਰੈਂਸ ਤੋਂ ਉਹ ਜਿੱਤੇ ਨੇ। ਔਰ ਅੱਗੇ ਅਸੀਂ ਲੈ ਕੇ ਚੱਲਦੇ ਹਾਂ ਅਖਿਲੇਸ਼ ਯਾਦਵ ਜੋ ਕਿ ਸਾਬਕਾ CM ਰਹੇ ਨੇ, ਉਹ ਆਪ ਵੀ ਖੜ੍ਹੇ ਹੋਏ ਸੀ ਆਜ਼ਮਗੜ੍ਹ ਤੋਂ ਔਰ ਉਹ ਜਿੱਤ ਉਹਨਾਂ ਨੇ ਦਰਜ ਕਰਾਈ ਹੈਗੀ ਹੈ 2,59,874 ਵੋਟਾਂ ਦੇ ਨਾਲ ਅਖਿਲੇਸ਼ ਯਾਦਵ ਉਸ ਸੀਟ ਨੂੰ ਉਹਨਾਂ ਨੇ ਜਿੱਤਿਆ ਹੈਗਾ। ਅੱਗੇ ਤੁਹਾਨੂੰ ਲੈ ਕੇ ਚੱਲਦੇ ਹੈਗੇ ਕਿ ਮੱਧ ਪ੍ਰਦੇਸ਼ ਦੀ ਸੀਟ ਦੇ ਉੱਪਰ ਜੋ ਕਿ ਬਹੁਤ ਵੱਡੀ ਨਜ਼ਰ ਸੀਗੀ, ਮੱਧ ਪ੍ਰਦੇਸ਼ ਦੇ ਭੋਪਾਲ ਪ੍ਰਗਿਆ ਦੇਵੀ ਸਿੰਘ ਠਾਕੁਰ ਦਾ ਕੀ ਹੁੰਦਾ ਹੈਗਾ, ਸਾਰੀ ਦੁਨੀਆ ਇਸ ਚੀਜ਼ ਨੂੰ ਜਾਣਨ ਵਾਸਤੇ ਉਤਸੁਕ ਸੀਗੀ ਕਿਉਂਕਿ ਟੈਰਰਿਜ਼ਮ ਦੇ ਉਹਨਾਂ ਦੇ ਉੱਪਰ ਹੋਰ ਬੌਂਬ ਕਾਂਡ ਦੇ ਹੋਰ ਇੱਦਾਂ ਹਰ ਤਰੀਕੇ ਦੇ ਇਲਜ਼ਾਮ ਉਹਨਾਂ ਦੇ ਲੱਗਦੇ ਰਹੇ, ਟੈਰਰਿਜ਼ਮ ਦੇ ਕੇਸ ਵੀ ਉਹਨਾਂ ਦੇ ਜੋ ਕਿ ਬੌਂਬ ਕਾਂਡ ਦੇ ਸੋਰੀ ਜਿਹੜੇ ਕੇਸ ਵੀ ਸੀਗੇ ਉਹ ਵੀ ਉਹਨਾਂ 'ਤੇ ਚੜ੍ਹਦੇ ਰਹੇ। ਹਿੰਦੂ ਆਤੰਕੀ ਦਿਗਵਿਜੇ ਸਿੰਘ ਵੱਲੋਂ ਵੀ ਉਹਨਾਂ ਨੂੰ ਕਿਹਾ ਗਿਆ ਪਰ ਫਿਰ ਵੀ ਉਹ ਇਹ ਸਭ ਹੋਣ ਦੇ ਬਾਵਜੂਦ ਵੀ ਪ੍ਰਗਿਆ ਦੇਵੀ ਸਿੰਘ ਠਾਕੁਰ ਜਿਹੜੀ ਹੈਗੀ ਆਪਣੀ ਜਿੱਤ ਜਿਹੜੀ ਹੈਗੀ ਹੈ ਭੋਪਾਲ ਤੋਂ ਉਹਨਾਂ ਨੇ ਦਰਜ ਕਰਾਈ ਹੈਗੀ ਆ ਔਰ 3,64,822 ਵੋਟਾਂ ਦੇ ਡਿਫਰੈਂਸ ਨਾਲ ਉਹਨਾਂ ਨੇ ਦਿਗਵਿਜੇ ਸਿੰਘ ਨੂੰ ਹਰਾਇਆ ਹੈਗਾ ਤਾਂ ਜੋ ਕਿ ਇੱਕ ਬਹੁਤ ਇੱਕ ਵੱਡਾ ਮੰਨਿਆ ਜਾਂਦਾ ਹੈਗਾ ਮਾਰਜਨ ਜੋ ਕਿ ਮੰਨਿਆ ਜਾਂਦਾ ਹੈ। ਔਰ ਜੋਤੀਰਾਦਿੱਤਿਆ ਸਿੰਧਿਆ ਦੀ ਗੱਲ ਕਰਾਂਗੇ ਜੋ ਕਿ ਗੁਨਾ ਦੇ ਗੁਨਾ ਤੋਂ ਜਿਨ੍ਹਾਂ ਨੇ ਇਲੈਕਸ਼ਨ ਲੜੀ ਸੀਗੀ ਜੋਤੀਰਾਦਿੱਤਿਆ ਸਿੰਧਿਆ ਤੋਂ ਹੋਰ ਇੱਕ ਬਹੁਤ ਵੱਡੇ ਕਾਂਗਰਸੀ ਉਹ ਮੰਨੇ ਜਾਂਦੇ ਨੇ ਔਰ ਰਾਹੁਲ ਗਾਂਧੀ ਦੇ ਰਾਈਟ ਹੈਂਡ ਵੀ ਉਹਨਾਂ ਨੂੰ ਕਿਹਾ ਜਾਂਦਾ ਹੈਗਾ ਪਰ ਗੁਨਾ ਤੋਂ ਉਹਨਾਂ ਨੂੰ ਫਿਰ ਹਾਰ ਦਾ ਸਾਹਮਣਾ ਕਰਨਾ ਪਿਆ ਹੈਗਾ। ਬੜੇ ਇੱਕ ਵੱਡੇ ਪਰਿਵਾਰ ਤੋਂ ਹੈਗੇ ਨੇ ਪਰ ਸਿਰਫ 1,25,549 ਵੋਟਾਂ ਤੋਂ ਉਹ ਉਹਨਾਂ ਨੂੰ ਜਿਹੜੀ ਹੈਗੀ ਆ ਹਾਰ ਦਾ ਸਾਹਮਣਾ ਕਰਨਾ ਪਿਆ। ਸੋ ਇਸ ਕਰਕੇ ਜਿਹੜਾ ਹੈਗਾ ਜੋਤੀਰਾਦਿੱਤਿਆ ਸਿੰਧਿਆ ਜੋ ਇੱਕ ਕਦਾਵਰ ਲੀਡਰ ਸੀਗੇ ਉਹਨਾਂ ਨੂੰ ਵੀ ਇਸ ਸੀਟ ਤੋਂ ਮੱਧ ਪ੍ਰਦੇਸ਼ ਦੀ ਇਸ ਸੀਟ ਤੋਂ ਉਹਨਾਂ ਨੂੰ ਵੀ ਹਾਰ ਦਾ ਜਿਹੜਾ ਹੈਗਾ ਉਹ ਸਾਹਮਣਾ ਕਰਨਾ ਪਿਆ। ਬਿਹਾਰ ਵੱਲ ਲੈ ਕੇ ਚੱਲਦੇ ਹੈਗੇ ਬਿਹਾਰ ਔਰ ਸਭ ਤੋਂ ਪਹਿਲੇ ਸ਼ੁਰੂਆਤ ਕਰਾਂਗੇ ਪਟਨਾ ਸਾਹਿਬ ਦੀ ਧਰਤੀ ਤੋਂ। ਪਟਨਾ ਸਾਹਿਬ ਦੀ ਸੀਟ 'ਤੇ ਰਵੀ ਸ਼ੰਕਰ ਪ੍ਰਸਾਦ BJP ਤੋਂ ਜੋ ਕਿ ਕਾਨੂੰਨ ਮੰਤਰੀ ਵੀ ਰਹਿ ਚੁੱਕੇ ਨੇ ਉਹ ਲੜ ਰਹੇ ਸੀਗੇ ਔਰ ਦੂਸਰੇ ਨੰਬਰ 'ਤੇ ਜੋ ਲੜ ਰਹੇ ਸੀਗੇ ਰਵੀ ਸ਼ੰਕਰ ਪ੍ਰਸਾਦ ਦੇ ਅਗੇਂਸਟ ਸ਼ਤਰੂਘਨ ਸਿਨਹਾ ਜਿਹੜੇ ਸੀਗੇ ਉਹ ਲੜ ਰਹੇ ਸੀਗੇ ਜੋ ਕਿ ਕਾਂਗਰਸ ਤੋਂ ਲੀਡਰ ਸੀਗੇ ਔਰ ਤਕਰੀਬਨ ਜਿਹੜੇ ਹੈਗੇ ਉਹ ਕਾਫੀ ਜੋ ਕਿ ਰਿਜ਼ਲਟਸ ਜਿਹੜੇ ਹੈਗੇ ਕਾਫੀ ਆ ਵੀ ਗਏ ਹੈਗੇ ਨੇ ਔਰ ਲਗਾਤਾਰ ਜਿਹੜੇ ਹੈਗੇ ਹਜੇ ਵੀ ਉਹ ਰਿਜ਼ਲਟਸ ਜਿਹੜੇ ਹੈਗੇ ਉਹ ਆਉਂਦੇ ਪਏ ਨੇ। ਆਪਾਂ ਪਟਨਾ ਸਾਹਿਬ ਦੀ ਜੇ ਤੁਹਾਨੂੰ ਗੱਲ ਦੱਸਦੇ ਹੈਗੇ ਤਾਂ ਪਟਨਾ ਸਾਹਿਬ ਦੀ ਸੀਟ ਤੋਂ ਜੋ ਰਿਜ਼ਲਟਸ ਆਏ ਸੀਗੇ ਉਸ ਦੇ ਵਿੱਚ ਰਵੀ ਸ਼ੰਕਰ ਪ੍ਰਸਾਦ ਉਹ ਜਿੱਤੇ ਸੀਗੇ, ਸ਼ਤਰੂਘਨ ਸਿਨਹਾ ਹਾਰੇ ਸੀਗੇ ਔਰ ਰਵੀ ਸ਼ੰਕਰ ਪ੍ਰਸਾਦ ਨੂੰ ਉਹਦੇ ਵਿੱਚ ਤਕਰੀਬਨ ਜਿਹੜੀ ਹੈਗੀਆਂ 2,84,657 ਵੋਟਾਂ ਦੇ ਡਿਫਰੈਂਸ ਨਾਲ ਉਹਨਾਂ ਨੇ ਸ਼ਤਰੂਘਨ ਸਿਨਹਾ ਨੂੰ ਹਰਾਇਆ ਹੈਗਾ। ਔਰ ਉਸ ਤੋਂ ਬਾਅਦ ਜੋ ਅਗਲੀ ਜਿਹਦੇ 'ਤੇ ਵੱਡੀ ਨਜ਼ਰ ਸੀਗੀ ਉਹ ਸੀਗੀ ਸੁਪੌਲ ਦੀ ਸੀਟ ਕਿਉਂਕਿ ਰਣਜੀਤ ਕੌਰ ਰੰਜਨ ਜੋ ਕਿ ਇੱਕ ਪੰਜਾਬੀ ਔਰ ਸਿੱਖ ਪਰਿਵਾਰ ਤੋਂ ਸੀਗੇ, ਪੱਪੂ ਯਾਦਵ ਦੇ ਜੋ ਮਿਸਿਜ ਹੈਗੇ ਸੀਗੇ ਸੁਪੌਲ ਤੋਂ ਕੈਂਡੀਡੇਟ ਸੀਗੇ ਉਹਨਾਂ ਦੇ ਉੱਪਰ ਕਾਫੀ ਨਜ਼ਰ ਸੀਗੀ। ਹੋਰ ਸੁਪੌਲ ਦੀ ਸੀਟ ਪਹਿਲੇ ਉਹ ਉੱਥੇ MP ਸੀਗੇ ਪਰ ਉਹਨਾਂ ਨੂੰ ਹੁਣ ਹਾਰ ਦਾ ਸਾਹਮਣਾ ਕਰਨਾ ਪਿਆ। ਉਹ 2,66,853 ਵੋਟਾਂ ਤੋਂ ਜਨਤਾ ਦਲ ਦੇ ਦਿਲੇਸ਼ਵਰ ਕਮਾਤ ਨੇ ਉਹਨਾਂ ਨੂੰ ਹਾਰ ਜਿਹੜੀ ਹੈਗੀ ਉਹਨਾਂ ਨੂੰ ਦਿੱਤੀ ਹੈਗੀ, ਮਾਤ ਉਹਨਾਂ ਨੂੰ ਦਿੱਤੀ ਹੈਗੀ ਆ। ਪੰਜਾਬੀ ਪਰਿਵਾਰ ਤੋਂ ਸੀਗੇ ਪੱਪੂ ਯਾਦਵ ਨਾਲ ਜੋ ਉਹਨਾਂ ਦਾ ਵਿਆਹ ਹੋਇਆ, ਪੰਜਾਬੀਆਂ ਵਾਸਤੇ ਕਾਫੀ ਕੰਮ ਵੀ ਕੀਤੇ ਹੋਰ ਪੰਜਾਬੀ ਦੀ ਜੋ 84 ਦੇ ਉੱਪਰ ਕਾਫੀ ਜੋ ਉਹਨਾਂ ਨੇ ਜੋ ਕਿ ਲੋਕ ਸਭਾ ਦੇ ਵਿੱਚ ਭਾਸ਼ਣ ਵੀ ਦਿੱਤੇ ਔਰ ਸਵਾਲ ਵੀ ਪੁੱਛੇ ਸੀਗੇ। ਸੋ ਇੱਕ ਪੰਜਾਬੀਆਂ ਦਾ ਪਿਆਰ ਵੀ ਸੀਗਾ ਉਹਨਾਂ ਦੇ ਨਾਲ। ਅਗਲੀ ਸੀਟ ਜੋ ਸੀਗੀ ਬੇਗੂਸਰਾਏ ਕਨਹੱਈਆ ਕੁਮਾਰ ਦੀ ਜਿਹੜੀ ਸੀਟ ਸੀਗੀ ਕਿਉਂਕਿ ਕਨਹੱਈਆ ਕੁਮਾਰ ਹਾਲ ਹੀ ਦੇ ਵਿੱਚ 4-5 ਸਾਲਾਂ ਦੇ ਵਿੱਚ ਉਹ ਚਰਚਿਤ ਹੋਏ ਸੀਗੇ ਔਰ ਉਹਨਾਂ ਨੂੰ CPI ਤੋਂ ਕਮਿਊਨਿਸਟ ਪਾਰਟੀ ਆਫ ਇੰਡੀਆ ਤੋਂ ਸੀਟ ਜੋ ਟਿਕਟ ਵੀ ਮਿਲੀ ਸੀਗੀ ਬੇਗੂਸਰਾਏ ਤੋਂ ਪਰ ਉਹ ਸੈਕਿੰਡ ਨੰਬਰ 'ਤੇ ਰਹੇ। ਗਿਰੀਰਾਜ ਸਿੰਘ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਮਾਤ ਦਿੱਤੀ ਔਰ 4,22,217 ਵੋਟਾਂ ਦੇ ਨਾਲ ਕਨਹੱਈਆ ਕੁਮਾਰ ਨੂੰ ਜਿਹੜਾ ਹੈਗਾ ਹਾਰ ਦਾ ਸਾਹਮਣਾ ਜਿਹੜਾ ਹੈਗਾ ਇਹਦੇ ਵਿੱਚ ਕਰਨਾ ਪਿਆ। ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਤੋਂ ਬਾਅਦ ਹੁਣ ਗੱਲ ਕਰਾਂਗੇ ਗੁਜਰਾਤ ਦੀ। ਗੁਜਰਾਤ ਦੇ ਵਿੱਚ ਅਮਿਤ ਸ਼ਾਹ ਜੋ ਕਿ ਪਾਰਟੀ ਦੇ ਜੇ ਆਪਾਂ ਕਹਿ ਸਕਦੇ ਹਾਂ ਕਿ ਪਾਰਟੀ ਦੇ ਇੱਕ ਵੱਡੇ ਲੀਡਰ ਅਮਿਤ ਸ਼ਾਹ ਜਿਹੜੇ ਸੀਗੇ ਉਹਨਾਂ ਵੱਲੋਂ ਜਿਹੜਾ ਹੈਗਾ ਜੋ ਕਿ ਇੱਕ ਕਿਹਾ ਜਾ ਰਿਹਾ ਕਿ ਉਹਨਾਂ ਦੀ ਇੱਕ ਮਾਸਟਰ ਮਾਈਂਡ ਸੀਗਾ, ਇੱਕ ਸਟਰੈਟਜੀ ਸੀਗੀ ਅਮਿਤ ਸ਼ਾਹ ਦੀ ਸਟਰੈਟਜੀ ਕਰਕੇ ਔਰ ਮੋਦੀ ਦੀ ਨੀਤੀਆਂ ਕਰਕੇ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਨੂੰ ਇਹ ਸਾਰੀ ਜਿੱਤ ਦਾ ਸਹਿਰਾ ਜਿਹੜਾ ਮਿਲਿਆ ਹੈਗਾ। ਔਰ ਗੁਜਰਾਤ ਤੋਂ ਗਾਂਧੀਨਗਰ ਦੀ ਸੀਟ ਤੋਂ ਅਮਿਤ ਸ਼ਾਹ ਨੇ ਜੋ ਕਿ ਬਹੁਤ ਵੱਡੇ ਮਾਰਜਨ ਦੇ ਵਿੱਚ ਜਿਹੜਾ ਹੈਗਾ ਉਹ ਜਿੱਤ ਪ੍ਰਾਪਤ ਕੀਤੀ ਹੈਗੀ। ਤਕਰੀਬਨ 5,57,000
14 ਵੋਟਾਂ ਦੇ ਡਿਫਰੈਂਸ ਦੇ ਨਾਲ ਅਮਿਤ ਸ਼ਾਹ ਜਿਹੜੇ ਹੈਗੇ ਆ ਉਹਨਾਂ ਨੇ ਜੋ ਕਿ ਆਪਣੀ ਜਿੱਤ ਦਰਜ ਕੀਤੀ ਹੈਗੀ ਆ। ਔਰ ਗੁਜਰਾਤ ਤੋਂ ਬਾਅਦ ਅਸੀਂ ਗੱਲ ਕਰਾਂਗੇ ਮਹਾਰਾਸ਼ਟਰ ਦੀ ਨਾਂਦੇੜ ਦੀ ਹਜੂਰ ਸਾਹਿਬ ਦੀ ਸੀਟ ਦੀ ਕਿ ਹਜੂਰ ਸਾਹਿਬ ਦੀ ਸੀਟ 'ਤੇ ਕੀ ਹੁੰਦਾ ਹੈਗਾ ਆਓ ਜਾਣਦੇ ਹੈਗੇ ਹਾਂ। ਮਹਾਰਾਸ਼ਟਰ ਦੀ ਸੀਟ 'ਤੇ ਜੋ ਕਿ ਨਾਂਦੇੜ ਸਾਹਿਬ ਦੀ ਜੋ ਕਿ ਸੀਟ 'ਤੇ ਜੇ ਆਪਾਂ ਗੱਲ ਕਰੀਏ ਤਾਂ ਕਈ ਸੀਟਾਂ ਉੱਥੇ ਆ ਜਾਂਦੀ ਹੈਗੀਆਂ, ਮੁੰਬਈ ਵੀ ਉਹਦੇ ਵਿੱਚ ਹੀ ਆ ਜਾਂਦਾ, ਨਾਗਪੁਰ ਵੀ ਉਹਦੇ ਵਿੱਚ ਹੀ ਆ ਜਾਂਦਾ ਹੈਗਾ। ਪਰ ਜੇ ਨਾਂਦੇੜ ਸਾਹਿਬ ਦੀ ਆਪਾਂ ਗੱਲ ਕਰਦੇ ਹੈਗੇ ਹਾਂ ਤਾਂ ਉੱਥੇ ਅਸ਼ੋਕ ਪ੍ਰਤਾਪ ਰਾਓ ਪਾਟਿਲ ਜਿਹੜੇ ਹੈਗੇ ਬੀਜੇਪੀ ਦੇ ਉਹਨਾਂ ਨੇ ਆਪਣੀ ਜਿੱਤ ਦਰਜ ਕੀਤੀ। ਔਰ ਅਸ਼ੋਕ ਸ਼ੰਕਰਾ ਰਾਓ ਚੌਹਾਨ ਨੂੰ ਉਹਨਾਂ ਨੇ ਕਾਂਗਰਸ ਦੇ ਜੋ ਕੈਂਡੀਡੇਟ ਨੇ ਉਹਨਾਂ ਨੂੰ ਹਰਾਇਆ ਉਹਨਾਂ ਨੇ। ਔਰ ਤਕਰੀਬਨ 40,000 ਵੋਟਾਂ ਦੇ ਡਿਫਰੈਂਸ ਦੇ ਨਾਲ ਬੀਜੇਪੀ ਦੇ ਪ੍ਰਤਾਪ ਰਾਓ ਪਾਟਿਲ ਨੇ ਹਜੂਰ ਸਾਹਿਬ ਨਾਂਦੇੜ ਦੀ ਸੀਟ 'ਤੇ ਹੈਗੀ ਹੈ ਜਿੱਤ ਹਾਸਲ ਕੀਤੀ ਹੈ। ਔਰ ਇੱਕ ਇੰਪੈਕਟ ਦੀ ਜੋ ਗੱਲ ਕੀਤੀ ਜਾ ਰਹੀ ਸੀਗੀ ਕਿ ਕਾਫੀ ਜੋ ਕਿ ਇੰਪੈਕਟ ਪਏਗਾ ਬੀਜੇਪੀ ਸਰਕਾਰ ਜਿਸ ਤਰੀਕੇ ਹਜੂਰ ਸਾਹਿਬ ਦੇ ਬੋਰਡ ਦੇ ਉੱਪਰ ਆਪਣੇ ਪ੍ਰਧਾਨ ਲਾ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਹਜੂਰੀ ਸੰਗਤ ਨੇ ਵਿਰੋਧ ਵੀ ਕੀਤਾ ਪਰ ਉਦੋਂ ਵੀ ਕੋਈ ਇੰਪੈਕਟ ਜਿਹੜਾ ਹੈਗਾ ਜ਼ਿਆਦਾ ਚੱਲ ਨਹੀਂ ਪਾਇਆ। ਵੋਟਾਂ ਸਿਰਫ 40,000 ਦੇ ਡਿਫਰੈਂਸ ਤੋਂ ਫਿਰ ਬੀਜੇਪੀ ਨੇ ਆਪਣੀ ਉੱਥੋਂ ਜਿਹੜੀ ਜਿੱਤ ਹੈਗੀ ਹੈ ਉਹ ਦਰਜ ਕੀਤੀ ਹੈਗੀ ਹੈ। ਮੁੰਬਈ ਦੀ ਜੇ ਆਪਾਂ ਗੱਲ ਕਰਦੇ ਹਾਂ ਮੁੰਬਈ ਦੇ ਵਿੱਚ ਮੁੰਬਈ ਨੌਰਥ ਤੋਂ ਜੇ ਆਪਾਂ ਗੱਲ ਕਰਦੇ ਹਾਂ ਉਰਮਿਲਾ ਜਿਹੜੀ ਹੈਗੀ ਹੈ ਮਾਤੋੜਕਰ ਉਹ ਖੜੀ ਹੋਈ ਸੀਗੇ ਮੁੰਬਈ ਨੌਰਥ ਤੋਂ। ਔਰ ਪਰ ਉਰਮਿਲਾ ਦਾ ਜਿਹੜਾ ਹੈਗਾ ਜਾਦੂ ਉਹ ਚੱਲ ਨਹੀਂ ਪਾਇਆ। ਅਦਾਕਾਰਾ ਜ਼ਰੂਰ ਸੀਗੇ ਪਰ ਫਿਰ ਵੀ ਬੀਜੇਪੀ ਦੇ ਕੈਂਡੀਡੇਟ ਗੋਪਾਲ ਸ਼ੇਟੀ ਦੇ ਅੱਗੇ ਟਿਕ ਨਹੀਂ ਪਾਏ। ਔਰ 4,65,247 ਵੋਟਾਂ ਦੇ ਡਿਫਰੈਂਸ ਦੇ ਨਾਲ ਉਹ ਹਾਰੇ ਨੇ। ਔਰ ਅੱਗੇ ਨਾਗਪੁਰ ਦੀ ਸੀਟ ਦੀ ਜੇ ਆਪਾਂ ਗੱਲ ਕਰਦੇ ਹੈਗੇ ਹਾਂ ਜਿੱਥੋਂ ਨਿਤਿਨ ਗਡਕਰੀ ਜਿਹੜੇ ਸੀਗੇ ਉਹ ਜੋ ਕਿ ਸੜਕ ਮੰਤਰੀ ਵੀ ਸੀਗੇ ਹੋਰ ਪਰਿਵਹਨ ਮੰਤਰੀ ਵੀ ਸੀਗੇ ਔਰ ਨਿਤਿਨ ਗਡਕਰੀ ਜਿਹੜੇ ਸੀਗੇ ਪਾਰਟੀ ਦੇ ਵੱਡੇ ਕਦਾਵਰ ਲੀਡਰ ਸੀਗੇ। ਭਾਰਤੀ ਜਨਤਾ ਪਾਰਟੀ ਤੋਂ ਉਹਨਾਂ ਨੇ 2,13,127 ਵੋਟਾਂ ਦੇ ਡਿਫਰੈਂਸ ਦੇ ਨਾਲ ਜਿਹੜੀ ਹੈਗੀ ਆ ਉਹਨਾਂ ਨੇ ਜਿਹੜੀ ਹੈਗੀ ਆਪਣੀ ਜਿੱਤ ਜਿਹੜੀ ਹੈਗੀ ਆ ਉੱਥੇ ਦਰਜ ਕੀਤੀ ਹੈਗੀ ਆ। ਲਗਾਤਾਰ ਇਸੇ ਤਰੀਕੇ ਤੁਹਾਨੂੰ ਲਾਈਵ ਅਪਡੇਟਸ ਵੀ ਅਸੀਂ ਦਿੰਦੇ ਪਏ ਹੈਗੇ ਆ ਅਕਾਲ ਚੈਨਲ 'ਤੇ ਤੁਸੀਂ ਦੇਖ ਰਹੇ ਹੋਗੇ ਸੰਗਤ ਜੀ। ਅੱਗੇ ਅਸੀਂ ਤੁਹਾਨੂੰ ਲੈ ਕੇ ਚੱਲਦੇ ਹੈਗੇ ਹਾਂ ਕਿ ਜਿਸ ਤਰੀਕੇ ਜੋ ਕਿ ਸਾਰੀ ਸੀਟਾਂ ਦੀ ਆਪਾਂ ਗੱਲ ਕਰ ਰਹੇ ਉੜੀਸਾ ਦੀ ਸੀਟਾਂ ਰਹਿ ਗਈਆਂ, 2-3-4 ਸੀਟਾਂ ਰਹਿ ਗਈਆਂ ਉੜੀਸਾ ਦੀ ਆਪਾਂ ਗੱਲ ਕਰਾਂਗੇ। ਉੜੀਸਾ ਤੋਂ ਸੰਬਿਤ ਪਾਤਰਾ ਜਿਹੜੇ ਸੀਗੇ ਪਾਰਟੀ ਦੇ ਸਪੋਕਸਪਰਸਨ ਜਿਹੜੇ ਸੀਗੇ ਉਹ ਖੜ੍ਹੇ ਹੋਏ ਸੀਗੇ। ਸੰਬਿਤ ਪਾਤਰਾ ਜੋ ਕਿ ਹਮੇਸ਼ਾ ਆਪਣੇ ਤੇਜ਼ ਤਰਾਰ ਜਵਾਬਾਂ ਦੇ ਕਰਕੇ ਜਾਣੇ ਜਾਂਦੇ ਨੇ ਪਰ ਸੰਬਿਤ ਪਾਤਰਾ ਔਰ ਉਹਨਾਂ ਦੇ ਅਗੇਨ ਸੀਗੇ ਪਿਨਾਕੀ ਮਿਸ਼ਰ ਜੋ ਕਿ ਬੀਜੇਡੀ ਤੋਂ 3 ਵਾਰੀ ਉੱਧਰੋਂ ਦੀ ਐਮਪੀ ਰਹਿ ਚੁੱਕੇ ਸੀਗੇ ਔਰ ਕਦੇ ਵੀ ਉਹ ਸੀਟ ਜਿਹੜੀ ਹੈਗੀ ਹੈ ਬੀਜੇਪੀ ਨੂੰ ਅੱਜ ਤੱਕ ਮਿਲੀ ਨਹੀਂ ਸੀਗੀ। ਔਰ ਸੰਬਿਤ ਪਾਤਰਾ ਵੀ ਜਿਹੜੇ ਹੈਗੇ ਉੱਧਰ ਬੜੀ ਟਫ ਫਾਈਟ ਕਰਦੇ ਹੋਏ ਉਹ ਹਾਰ ਗਏ ਨੇ। ਪਿਨਾਕੀ ਮਿਸ਼ਰ ਜਿਹੜੇ ਹੈਗੇ ਆ ਉਹ 9,577 ਵੋਟਾਂ ਦੇ ਡਿਫਰੈਂਸ ਦੇ ਨਾਲ ਉੱਥੋਂ ਉਹ ਜਿੱਤੇ ਨੇ। ਔਰ ਲਗਾਤਾਰ ਇਸੇ ਤਰੀਕੇ ਅਸੀਂ ਤੁਹਾਨੂੰ ਜੋੜ ਰਹੇ ਹੈਗੇ ਹਾਂ ਔਰ ਹੋਰ ਵੀ ਇਸੇ ਤਰੀਕੇ ਅਸੀਂ ਤੁਹਾਨੂੰ ਜੋੜਦੇ ਰਹਾਂਗੇ। 1-2 ਸੀਟਾਂ ਦਾ ਹੋਰ ਅਸੀਂ ਗੱਲ ਕਰਦੇ ਹੈਗੇ ਹਾਂ ਬਸ ਕਿ ਕੇਰਲ ਦੀ ਸੀਟ ਤੋਂ, ਜੀ ਹਾਂ ਕੇਰਲ ਦੇ ਤਿਰੁਵਨੰਤਪੁਰਮ ਦੀ ਸੀਟ ਤੋਂ ਸ਼ਸ਼ੀ ਥਰੂਰ ਜੋ ਕਿ ਕਾਂਗਰਸ ਦੇ ਕਦਾਵਰ ਲੀਡਰ ਨੇ ਉਹ ਜਿੱਤੇ ਨੇ। ਕੇਰਲ ਦੀ ਸੀਟ ਤੋਂ ਉਹਨਾਂ ਨੇ ਆਪਣੀ ਜਿੱਤ ਜਿਹੜੀ ਹੈਗੀ ਔਰ ਦਰਜ ਕਰਾਈ ਹੈ। ਔਰ ਕੀ ਜੋ ਡਿਫਰੈਂਸ ਰਿਹਾ ਉਹ ਵੀ ਕਾਫੀ ਇੱਕ ਵੱਡਾ ਡਿਫਰੈਂਸ ਕਿਉਂਕਿ ਕੇਰਲ ਦੇ ਵਿੱਚ ਕਾਂਗਰਸ ਦਾ ਵੀ ਗੜ ਮੰਨਿਆ ਜਾਂਦਾ ਰਿਹਾ ਹੈਗਾ। ਤੋ ਤਿਰੁਵਨੰਤਪੁਰਮ ਦੀ ਸੀਟ ਤੋਂ ਸ਼ਸ਼ੀ ਥਰੂਰ ਨੇ 99,999 ਸੀਟਾਂ ਵੋਟਾਂ ਦੇ ਡਿਫਰੈਂਸ ਨਾਲ ਉਹਨਾਂ ਨੇ ਆਪਣੀ ਜਿੱਤ ਦਰਜ ਕਰਾਈ ਹੈ। ਔਰ ਆਖਰੀ ਜੋ ਕਿ ਰਾਹੁਲ ਗਾਂਧੀ ਦੀ ਜਿਹੜੀ ਸੀਟ ਸੀਗੀ ਵਯਾਨੰਦ ਦੀ ਉੱਧਰੋਂ ਰਾਹੁਲ ਗਾਂਧੀ ਨੇ 4,71,770 ਵੋਟਾਂ ਦੇ ਡਿਫਰੈਂਸ ਦੇ ਨਾਲ ਜਿਹੜਾ ਹੈਗਾ ਉੱਥੇ ਆਪਣੀ ਜਿੱਤ ਜਿਹੜੀ ਹੈਗੀ ਹੈ ਉਹ ਦਰਜ ਕੀਤੀ ਹੈਗੀ ਹੈ। ਟੋਟਲ ਕਿੰਨੇ ਵੋਟਸ ਜਿਹੜੇ ਹੈਗੇ ਰਾਹੁਲ ਗਾਂਧੀ ਨੂੰ ਪਏ ਉਹ ਵੀ ਅਸੀਂ ਤੁਹਾਨੂੰ ਦਿਖਾਉਂਦੇ ਹੈਗੇ ਹਾਂ ਕਿ ਵਯਾਨੰਦ ਦੀ ਸੀਟ 'ਤੇ ਕਿੰਨੇ ਵੋਟ ਜਿਹੜੇ ਹੈਗੇ ਰਾਹੁਲ ਗਾਂਧੀ ਨੂੰ ਮਿਲੇ ਸੀਗੇ। ਰਾਹੁਲ ਗਾਂਧੀ ਨੂੰ ਟੋਟਲ ਮਿਲੇ ਤਕਰੀਬਨ 7,06,367 ਵੋਟਾਂ ਰਾਹੁਲ ਗਾਂਧੀ ਨੂੰ ਮਿਲੀਆਂ, 64% ਵੋਟਾਂ ਉਹਨਾਂ ਨੂੰ ਮਿਲੀਆਂ। ਔਰ ਪੀ ਪੀ ਸੁਨੀਰ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਪੀ ਪੀ ਸੁਨੀਰ ਨੂੰ ਮਿਲੀਆਂ 2,74,597 ਵੋਟਾਂ, ਸੈਕਿੰਡ ਨੰਬਰ 'ਤੇ ਉਹ 25% 'ਤੇ ਰਹੇ ਪਰ ਰਾਹੁਲ ਗਾਂਧੀ ਜਿਹੜੇ ਸੀਗੇ 64% ਵੋਟਾਂ ਦੇ ਨਾਲ ਉਹਨਾਂ ਨੇ ਜਿੱਤ ਦਰਜ ਕੀਤੀ। ਸੰਗਤ ਜੀ ਇਸੇ ਤਰੀਕੇ ਲਗਾਤਾਰ VIP ਜੋ ਕਿ ਏਰੀਆ ਸੀਗੇ VIP ਜਿਹੜੇ ਕੈਂਡੀਡੇਟ ਸੀਗੇ ਉਹਨਾਂ ਦੀ ਸੀਟ ਦਾ ਐਨਾਲਾਈਜ਼ ਜਿਹੜਾ ਹੈਗਾ ਉਹ ਕੌਣ ਜਿੱਤਿਆ ਕੌਣ ਕਿੱਥੋਂ ਜਿੱਤਿਆ ਉਹਦਾ ਸਾਰਾ ਡੇਟਾ ਅਸੀਂ ਤੁਹਾਨੂੰ ਦਿਖਾਇਆ। ਇਸੇ ਤਰੀਕੇ ਅਸੀਂ ਜੋੜਦੇ ਰਹਾਂਗੇ, ਹੋਰ ਦੱਸਦੇ ਰਹਾਂਗੇ ਕਿ ਕਿਸ ਤਰੀਕੇ ਜਿਹੜੇ ਵੀ ਲੀਡਰ ਨੇ ਜਾਂ ਕੋਈ ਵੀ ਜੋ ਕਿ ਡੇਟਾ ਹੈਗਾ ਸਾਰਾ ਤੁਹਾਡੇ ਤੱਕ ਅਸੀਂ ਲੈ ਕੇ ਆਵਾਂਗੇ। ਹੋਰ ਤੇਜ਼ ਤਰਾਰ ਖਬਰਾਂ ਤੁਹਾਨੂੰ ਜੋੜਦੇ ਰਹਾਂਗੇ। ਦੇਖਦੇ ਰਹੋ ਅਕਾਲ ਚੈਨਲ। ਹੁੰਦਾ ਹੋਈ ਇਜਾਜ਼ਤ ਆਪਣੇ ਦਾਸ ਗੁਰਪ੍ਰੀਤ ਸਿੰਘ ਭੋਈ ਨੂੰ।
ਦਿੱਲੀ ਸਟੂਡੀਓ ਤੋਂ ਖਾਸ ਪੇਸ਼ਕਸ਼ ਅਸੀਂ ਕਰ ਰਹੇ ਸੀਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।